ਨਹੀਂ ਡਿਸਕਸ਼ਨ ਹੋਈ ਆ। ਦੇਖੋ ਮੈਨੂੰ ਇਹ ਲੱਗਦਾ ਕਿ ਮੈਂ CM ਸਾਹਿਬ ਨੂੰ ਬੜਾ ਕਲੀਅਰ ਕੱਟ ਗਿਆ, ਮੈਂ ਕਿਹਾ ਜੀ ਵੀ ਲੋਕ ਜਿਹੜੇ ਆ ਉਹ ਕੈਪਟਨ ਅਮਰਿੰਦਰ ਸਿੰਘ 1984 ਵਾਲਾ ਅਤੇ 2002 ਵਾਲਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਦੇ ਆ, ਅਤੇ 2017 'ਚ ਵੋਟਾਂ ਵੀ ਇਸੇ ਕਰਕੇ ਪਈਆਂ ਸੀ। ਸਾਡੀ ਉਹ ਪਰਸੈਪਸ਼ਨ ਨਹੀਂ ਹੈਗੀ। ਜਿਹੜੇ ਮੈਂ ਇਸ਼ੂ ਖੜ੍ਹੇ ਕੀਤੇ ਆਹ ਇਸ਼ੂ ਹੈਗੇ ਆ, ਕਿਉਂਕਿ ਆਫਿਸਰ ਦੀ ਕੀ ਪ੍ਰੋਬਲਮ ਹੈ, ਆਫਿਸਰ ਉਹੀ ਦਿਖਾਉਣਾ ਚਾਹੁੰਦੇ ਆ ਜੋ ਦਿਖਾਉਣਾ ਚਾਹੁੰਦੇ ਆ। ਪਰ ਮੈਂ ਕਿਹਾ ਜੀ ਲੋਕ ਇਹ ਇਮੇਜ ਚਾਹੁੰਦੇ ਆ ਵੀ ਹਾਂ ਵੀ ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਜਿਨ੍ਹਾਂ ਨੇ ਬੇਸਿਕਲੀ ਜੇ ਪੋਲੀਟੀਕਲ ਬੰਦੇ ਮਾੜੇ ਸੀ ਉਹਨਾਂ ਨੂੰ ਅੰਦਰ ਦਿੱਤਾ, ਜੇ ਰਵੀ ਸਿੱਧੂ ਸੀ ਉਹਨੂੰ ਅੰਦਰ ਦਿੱਤਾ, ਜੇ ਵਾਟਰ ਜਿਹੜਾ ਐਗਰੀਮੈਂਟ ਸੀਗਾ ਉਹ ਟਰਮੀਨੇਟ ਕੀਤਾ, 1984 ਦੇ ਵਿੱਚ ਰਿਜ਼ਾਈਨ ਕੀਤਾ, ਲੋਕ ਉਹ ਕੈਪਟਨ ਅਮਰਿੰਦਰ ਸਿੰਘ ਭਾਲਦੇ ਆ। ਔਰ ਦੂਸਰੀ ਗੱਲ ਇਹਨਾਂ ਨੇ ਇੱਕ ਹਿਟਲਰ ਦੀ ਬਾਇਓਗ੍ਰਾਫੀ ਭੇਜੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ, ਭੇਜੀ ਸੀ ਨਾ, ਤੁਹਾਨੂੰ ਵੀ ਪਤਾ ਵੀ ਭੇਜੀ ਸੀ। ਅੱਛਾ ਇਮੇਜ ਕੀ ਬਣ ਰਹੀ ਹੈ, ਉਹ ਦਿੱਲੀ ਦੇ ਵਿੱਚ ਕੀ ਹੋ ਰਿਹਾ, ਔਰ ਜੇ ਇੱਥੋਂ ਕਾਂਗਰਸ ਮਰਦੀ ਆ ਤਾਂ ਫਿਰ ਉਹ ਹਿਟਲਰ ਦੀ ਆਈਡੀਆਲੋਜੀ ਇੱਥੇ ਪੰਜਾਬ ਦੇ ਵਿੱਚ ਵੀ ਜ਼ਰੂਰ ਆਊਗੀ। ਅਸੀਂ ਪੰਜਾਬ 'ਚ ਤਾਂ ਵਿਰੋਧ ਕਰਾਂਗੇ ਕਿਉਂਕਿ ਪੰਜਾਬੀ ਹਾਂ, ਸਾਨੂੰ ਪਤਾ ਹੈਗਾ ਵੀ ਹਾਂ ਵੀ ਅਸੀਂ ਲੜਨਾ ਕਿੱਦਾਂ, ਲੇਕਿਨ ਅਸੀਂ ਇਸ ਸਰਕਾਰ ਨੂੰ ਔਰ ਇਸ ਜਿਹੜੀ ਪਾਰਟੀ ਹੈ ਇਹਨੂੰ ਮਰਨ ਨਹੀਂ ਦਿੰਦੇ। ਕਿਉਂਕਿ ਬਹੁਤੇ ਤਾਂ ਪੋਲੀਟੀਸ਼ੀਅਨ ਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਵੀ ਯਾਰ ਹਿਟਲਰ ਦੀ ਬਾਇਓਗ੍ਰਾਫੀ ਸੁਖਬੀਰ ਸਿੰਘ ਬਾਦਲ ਨੂੰ ਕਾਹਤੋਂ ਭੇਜੀ ਆ। ਬਹੁਤਿਆਂ ਦੇ ਤਾਂ ਸੱਚੀ ਗੱਲ ਹੈ ਉੱਤੋਂ ਦੀ ਲੰਘ ਜਾਂਦੀ ਆ। ਇਹ ਤਾਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਚਾਹੀਦਾ ਸੀਗਾ ਵੀ ਇਹਦੇ ਪਿੱਛੇ ਕਾਰਨ ਕੀ ਹੈਗੇ ਆ। ਔਰ ਜਿਹੜੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਪੈਰ ਪਸਾਰਨ ਵਾਲੇ ਆ, ਦੇਖੋ ਜਦੋਂ MP ਦੀਆਂ 8 ਸੀਟਾਂ ਆਈਆਂ ਨਾ ਉਹ ਉਸ ਚੀਜ਼ ਦਾ ਵਿਰੋਧ ਸੀ, ਨਹੀਂ ਤਾਂ ਹਿੰਦੁਸਤਾਨ ਦੇ ਵਿੱਚ ਉਸ ਮੋਦੀ ਦੀ ਵੇਵ ਸੀ। ਅਤੇ ਜਿਹੜੇ 3 ਸਾਡੀਆਂ ਨਹੀਂ ਆਈਆਂ ਉੱਥੇ ਤੁਸੀਂ ਦੇਖ ਲਓ ਵੀ ਕਿਹੜੀ ਥੋਟ ਪ੍ਰੋਸੈਸ ਸੀਗੀ। ਸੋ ਇਸ ਕਰਕੇ ਇਹ ਜਿਹੜੀ ਚੀਜ਼ਾਂ ਆ ਇਹ ਅਸੀਂ ਇੱਥੇ ਪੰਜਾਬ ਦੇ ਵਿੱਚ ਨਹੀਂ ਹੋਣ ਦੇਣੀਆਂ। ਔਰ ਮੇਰੇ ਨਾਲ ਬਹੁਤੀਆਂ ਇਸ਼ੂਜ਼ 'ਤੇ ਐਗਰੀ ਹੋਏ ਆ ਕਿ ਹਾਂ ਵੀ ਇਹ ਗੱਲ ਠੀਕ ਹੈਗੀ ਆ, ਆਪਾਂ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈਗੀ ਆ। ਐਂਡ ਜਿਹਦੇ ਤੋਂ ਆਸ ਹੁੰਦੀ ਆ, ਮੇਰੀ ਐਕਚੁਲੀ ਕੋਈ ਪ੍ਰੋਬਲਮ ਹੈਗੀ ਆ ਵੀ ਜਿਹਦੇ ਤੋਂ ਆਸ ਹੁੰਦੀ ਆ ਨਾ ਉਹਦੇ ਤੋਂ ਹੀ ਬੰਦਾ ਆਸ ਰੱਖਦਾ। ਜੇ ਤਾਂ ਬੰਦਾ ਕਈ ਵਾਰੀ ਹੁੰਦਾ ਕਿ ਬੰਦਾ ਨਲਾਇਕ ਆ ਫਿਰ ਉਹਦੇ ਤੋਂ ਆਸ ਵੀ ਨਹੀਂ ਹੁੰਦੀ। ਜਿਹਦੇ ਤੋਂ ਆਸ ਹੁੰਦੀ ਆ ਅਤੇ ਉਹਦੇ ਕਰਕੇ ਹੀ ਮੈਂ ਤਾਂ ਇਹ ਜਿਹੜੀ ਚਿੱਠੀ ਲਿਖੀ ਆ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।